855 ਹੈਗਾ ਜੀ, ਮਾਡਲ ਹੈਗਾ 13, 430,000 ਰੁਪਿਆ ਡਿਮਾਂਡ ਹੈ। ਦੇਖ ਸਕਦੇ ਜੀ 4 ਸਟਾਰ ਹੈ, ਰਿਵਰਸ PTO ਹੈ। ਜੇ ਗੱਲ ਕੀਤੀ ਜਾਵੇ ਪਾਵਰ ਸਟੀਅਰਿੰਗ ਦੇ ਨਾਲ ਆਉਂਦਾ ਜੀ ਟਰੈਕਟਰ, ਤੇ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਹੈ। ਤੁਸੀਂ ਦੇਖ ਸਕਦੇ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ। ਇੱਧਰ ਜਿਹੜਾ ਟ੍ਰਾਇਲ ਵਾਸਤੇ ਗਿਆ ਸੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਫਾਰਮ ਟਰੈਕ 60 ਸੁਪਰ ਮੈਕਸ ਹਾਈ ਕੈਪੈਸਿਟੀ ਦੇ ਨਾਲ, ਐਕਸਟਰਾ ਟੋਰਕ, ਡਬਲ ਕਲੱਚ ਹੈ, ਪਾਵਰ ਸਟੀਅਰਿੰਗ ਹੈ ਜੀ, ਟਾਇਰ ਬਿਲਕੁਲ ਓਕੇ ਨੇ ਟਰੈਕਟਰ ਦੇ। ਦੇਖ ਸਕਦੇ ਜੀ ਲੱਗ ਗਿਆ ਜੀ ਇਸ ਸਾਈਡ ਜੇ ਪਾਵਰ ਸਟੀਅਰਿੰਗ ਹੈ ਜੀ। ਤੇ ਜੇ ਗੱਲ ਕੀਤੀ ਜਾਵੇ ਇਹਦੇ ਪ੍ਰਾਈਸ ਦੀ, ਕੰਡੀਸ਼ਨ ਤੁਹਾਡੇ ਸਾਹਮਣੇ ਆ, ਇਹ ਹੈਗਾ ਜੀ 375,000 ਰੁਪਇਆ ਡਿਮਾਂਡ ਹੈ। 11 ਮਾਡਲ ਹੈ ਜੀ, ਦੇਖ ਸਕਦੇ ਕੰਡੀਸ਼ਨ ਬਿਲਕੁਲ ਓਕੇ ਆ ਟਰੈਕਟਰ ਦੀ। ਸਾਰਿਆਂ ਦਾ ਸਵਾਗਤ ਆਪਣੇ ਯੂਟਿਊਬ ਚੈਨਲ ਤੇ, ਫੇਸਬੁੱਕ ਪੇਜ ਤੇ। ਤੇ ਨਿਊ ਹੋਲੈਂਡ ਦਾ 5500 ਖੜਾ ਆਪਣੇ ਅਗਲੇ ਬੰਨੇ, ਓਇਲ ਇੰਪ੍ਰੈਸਡ ਬ੍ਰੇਕ ਹੈ ਜੀ। ਤੇ ਜੇ ਗੱਲ ਕੀਤੀ ਜਾਵੇ ਪਾਵਰ ਸਟੀਅਰਿੰਗ ਹੈ, ਤੇ ਇਸ ਦੀ ਪ੍ਰਾਈਸ ਤੁਹਾਨੂੰ ਦੱਸ ਦਿਆਂ ਜੀ। ਬਾਕੀ ਰੰਗ ਰੋਗਨ ਦਾ ਬਿਲਕੁਲ ਓਕੇ ਆ। ਟੋਪ ਮਾਡਲ 10 ਮਾਡਲ ਹੈ ਜੀ, 440,000 ਰੁਪਇਆ ਡਿਮਾਂਡ ਹੈ, 50 ਨੰਬਰ ਹੈ ਜੀ। ਤੇ ਜੇ ਗੱਲ ਕੀਤੀ ਜਾਵੇ ਪਾਵਰ ਸਟੀਅਰਿੰਗ ਹੈ, ਬਾਕੀ ਟਾਇਰ ਬਿਲਕੁਲ ਓਕੇ ਨੇ, 3 ਲੀਆਂ ਦੇ ਟਾਇਰ ਹੈ ਜੀ ਅਗਲੇ ਬੰਨੇ। ਤੇ ਜਿਹੜਾ ਅੱਜ ਗਏ ਸੀ ਟਰੈਕਟਰ ਟ੍ਰਾਇਲ ਵਾਸਤੇ ਹਜੇ ਲੈ ਰਹੇ ਹਾਂ ਟ੍ਰਾਇਲ, ਸਵਰਾਜ 855 ਇਹ ਹੈਗਾ ਜੀ, ਮਾਡਲ ਹੈਗਾ 13, 430,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਜੀ 4 ਸਟਾਰ ਹੈ, ਰਿਵਰਸ PTO ਹੈ। ਜੇ ਗੱਲ ਕੀਤੀ ਜਾਵੇ ਪਾਵਰ ਸਟੀਅਰਿੰਗ ਦੇ ਨਾਲ ਆਉਂਦਾ ਜੀ ਟਰੈਕਟਰ, ਤੇ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਹੈ। ਤੁਸੀਂ ਦੇਖ ਸਕਦੇ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ। ਇੱਧਰ ਜਿਹੜਾ ਟ੍ਰਾਇਲ ਵਾਸਤੇ ਗਿਆ ਸੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਫਾਰਮ ਟਰੈਕ 60 ਸੁਪਰ ਮੈਕਸ ਹਾਈ ਕੈਪੈਸਿਟੀ ਦੇ ਨਾਲ, ਐਕਸਟਰਾ ਟੋਰਕ, ਡਬਲ ਕਲੱਚ ਹੈ, ਪਾਵਰ ਸਟੀਅਰਿੰਗ ਹੈ ਜੀ, ਟਾਇਰ ਬਿਲਕੁਲ ਓਕੇ ਨੇ ਟਰੈਕਟਰ ਦੇ। ਦੇਖ ਸਕਦੇ ਜੀ ਲੱਗ ਗਿਆ ਜੀ ਇਸ ਸਾਈਡ ਜੇ ਪਾਵਰ ਸਟੀਅਰਿੰਗ ਹੈ ਜੀ। ਤੇ ਜੇ ਗੱਲ ਕੀਤੀ ਜਾਵੇ ਇਹਦੇ ਪ੍ਰਾਈਸ ਦੀ, ਕੰਡੀਸ਼ਨ ਤੁਹਾਡੇ ਸਾਹਮਣੇ ਆ, ਇਹ ਹੈਗਾ ਜੀ 375,000 ਰੁਪਇਆ ਡਿਮਾਂਡ ਹੈ, 11 ਮਾਡਲ ਹੈ ਜੀ। ਦੇਖ ਸਕਦੇ ਕੰਡੀਸ਼ਨ ਬਿਲਕੁਲ ਓਕੇ ਆ ਟਰੈਕਟਰ ਦੀ। ਤੇ ਤਲਵੰਡੀ ਮੰਡੀ 'ਚ ਪਹੁੰਚੇ ਹੋਏ ਸੀ ਆਪਾਂ, ਪੰਜਾਬ ਦੀ ਮੰਡੀ ਹੈ ਜੀ। ਇਸ ਸਾਈਡ ਸੋਨਾਲੀਕਾ 750 ਇੱਕ ਮਾਡਲ ਹੈ, 50 ਨੰਬਰ ਹੈ ਜੀ, 248,000 ਰੁਪਇਆ ਡਿਮਾਂਡ ਹੈ, ਸਿੰਪਲ ਸਟੀਅਰਿੰਗ ਹੈ ਜੀ। ਦੇਖ ਸਕਦੇ ਕੰਡੀਸ਼ਨ ਤੁਸੀਂ, ਸਿੰਪਲ ਸਟੀਅਰਿੰਗ ਹੈ, 248,000 ਰੁਪਇਆ ਡਿਮਾਂਡ ਹੈ, 50 ਨੰਬਰ ਹੈ ਜੀ। ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਤੁਹਾਨੂੰ ਦਿਖਾਉਣੇ ਆ ਹੋਰ ਮਾਡਲ, ਬਹੁਤ ਜ਼ਿਆਦਾ ਮਾਡਲ ਆਏ ਹੋਏ ਨੇ ਟਰੈਕਟਰਾਂ ਦੇ। ਇਸ ਸਾਈਡ ਫੋਰਡ 3600 ਇਹ ਹੈਗਾ, 135,000 ਰੁਪਇਆ ਡਿਮਾਂਡ ਹੈ, ਸਿੰਪਲ ਸਟੀਅਰਿੰਗ ਹੈ, 86 ਮਾਡਲ ਹੈ ਜੀ, 86 ਮਾਡਲ ਹੈ, 135,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਕੰਡੀਸ਼ਨ ਤੁਸੀਂ, ਸਿੰਪਲ ਸਟੀਅਰਿੰਗ ਹੈ ਜੀ, ਬਾਕੀ ਰੰਗ ਨਾਲ ਦਾ ਟਰੈਕਟਰ ਦਾ ਦੇਖ ਸਕਦੇ। ਅਤੇ ਇਸ ਸਾਈਡ ਸਟੈਂਡਰਡ 335 DI। ਜੇ ਗੱਲ ਕੀਤੀ ਜਾਵੇ ਸਿੰਪਲ ਸਟੀਅਰਿੰਗ ਆ, ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਅਤੇ 6 ਮਾਡਲ 170,000 ਰੁਪਇਆ ਡਿਮਾਂਡ ਆ ਜੀ, 170,000 ਰੁਪਇਆ ਡਿਮਾਂਡ ਆ। ਦੇਖ ਸਕਦੇ ਕੰਡੀਸ਼ਨ ਤੁਸੀਂ, ਇਸ ਸਾਈਡ ਫਾਰਮ ਟਰੈਕ 60 ਅਤੇ 96 ਮਾਡਲ, 160,000 ਰੁਪਇਆ ਡਿਮਾਂਡ ਹੈ, 50 ਨੰਬਰ ਹੈ ਜੀ, ਸਿੰਪਲ ਸਟੀਅਰਿੰਗ ਆ, ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ। ਦੇਖ ਸਕਦੇ ਜੇ ਤੁਸੀਂ ਕੋਈ ਕਮੀ ਪੇਸ਼ੀ ਟਰੈਕਟਰ ਦੇ ਵਿੱਚ। ਅਤੇ ਤਲਵੰਡੀ ਮੰਡੀ ਬੁੱਧਵਾਰ ਦਿਨ, ਬੁੱਧਵਾਰ ਲੱਗਦੀ ਹੈ ਜੀ, ਸਾਰਿਆਂ ਨਾਲੋਂ ਵੱਡੀ ਮੰਡੀ ਹੈ ਪੰਜਾਬ ਦੀ। ਇਸ ਸਾਈਡ ਆਸ਼ਾ 93 ਮਾਡਲ ਅਤੇ 87,000 ਰੁਪਇਆ ਡਿਮਾਂਡ ਹੈ, ਸਿੰਪਲ ਸਟੀਅਰਿੰਗ ਹੈ, ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ, ਨਾਲ ਦਾ ਰੰਗ ਹੈ ਜੀ ਟਰੈਕਟਰ ਦਾ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਇਸ ਤੋਂ ਅਗਲੇ ਤੁਹਾਨੂੰ ਟਰੈਕਟਰ ਦਿਖਾਉਣੇ, ਇੱਧਰ ਆਸ਼ੇ ਹੀ 2 ਖੜੇ, 1 ਫੋਰਡ ਖੜਾ, ਇੱਧਰੋਂ ਸ਼ੁਰੂ ਕਰ ਦਿੰਦੇ ਹਾਂ। ਇਹ ਆਸ਼ਾ ਨਵਾਂ ਹੀ ਖੜਾ ਜੀ, ਜੇ ਗੱਲ ਕੀਤੀ ਜਾਵੇ ਪਾਵਰ ਸਟੀਅਰਿੰਗ ਹੈ, ਨਵੇਂ ਟਾਇਰ ਨੇ, ਮੈਨੂੰ ਲੱਗਦਾ ਆਇਆ ਏਜੰਸੀ ਵੱਲੋਂ ਜੀ। ਅਤੇ 551 ਮਾਡਲ ਹੈ ਜੀ, 5 ਸਟਾਰ ਹੈ, ਦੇਖ ਸਕਦੇ ਕੰਡੀਸ਼ਨ ਤੁਸੀਂ। ਅਤੇ MRF ਦੇ ਟਾਇਰ ਹੈ ਜੀ। ਅਤੇ ਇਸ ਸਾਈਡ ਵੀ 551 50 ਨੰਬਰ ਖੜਾ, ਇਹ ਆਇਆ ਹੈਗਾ 2021 ਮਾਡਲ ਹੈ, ਅਤੇ 560,000 ਰੁਪਇਆ ਡਿਮਾਂਡ ਹੈ, 560,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਪਾਵਰ ਸਟੀਅਰਿੰਗ ਹੈ, ਟਾਇਰ ਬਿਲਕੁਲ ਓਕੇ ਨੇ, ਸੁਪਰ ਸੁਪਰ ਪਲੱਸ ਹੈ ਜੀ, ਡਬਲ ਕਲੱਚ ਹੈ। ਦੇਖ ਸਕਦੇ ਕੰਡੀਸ਼ਨ ਤੁਸੀਂ, 551 ਆਸ਼ਾ। ਇਸ ਸਾਈਡ ਫੋਰਡ 3600, ਜੇ ਗੱਲ ਕੀਤੀ ਫੋਰਡ 3600 ਦੀ, ਸਿੰਪਲ ਸਟੀਅਰਿੰਗ ਹੈ ਅਤੇ 94 ਮਾਡਲ ਹੈ, 175,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਕੰਡੀਸ਼ਨ ਤੁਸੀਂ, ਟਾਇਰ ਬਿਲਕੁਲ ਓਕੇ ਨੇ, ਕੋਈ ਕਮੀ ਪੇਸ਼ੀ ਨਹੀਂ ਟਾਇਰਾਂ ਦੇ ਵਿੱਚ। ਇਸ ਸਾਈਡ 4511 HMT ਇਹ ਹੈਗਾ ਜੀ, 96 ਮਾਡਲ ਹੈ, 140,000 ਰੁਪਇਆ ਡਿਮਾਂਡ ਹੈ, HR ਨੰਬਰ ਹੈ, ਸਿੰਪਲ ਸਟੀਅਰਿੰਗ ਹੈ। ਦੇਖ ਸਕਦੇ ਕੰਡੀਸ਼ਨ ਤੁਸੀਂ, ਕੋਈ ਕਮੀ ਪੇਸ਼ੀ ਨਹੀਂ ਟਾਇਰਾਂ ਦੇ ਵਿੱਚ, ਟਰੈਕਟਰ ਦੇ ਵਿੱਚ। ਦੇਖ ਸਕਦੇ ਤੁਸੀਂ ਟਾਇਰ ਤੁਹਾਡੇ ਸਾਹਮਣੇ, ਕੰਡੀਸ਼ਨ ਟਾਇਰਾਂ ਦੀ। ਇਸ ਸਾਈਡ 94 ਮਾਡਲ, 125,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ। ਅਤੇ ਆਸ਼ਾ 241, ਸਿੰਪਲ ਸਟੀਅਰਿੰਗ, ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ। ਹਾਂਜੀ, ਮਰੂਤੀ ਸਟੀਅਰਿੰਗ ਹੈ ਜੀ, ਇਹ ਪੁਰਾਣਿਆਂ ਦੇ ਆਉਂਦਾ ਸੀ ਕਿ ਨਵਿਆਂ ਦੇ ਆਉਣ ਲੱਗ ਪਿਆ ਜੀ ਮਰੂਤੀ ਸਟੀਅਰਿੰਗ ਜੀ। ਠੀਕ ਹੈ ਜੀ, ਨੰਬਰ ਕੀ ਹੈ ਜੀ ਆਪਣਾ, ਏਰੀਆ ਕਿਹੜਾ ਜੀ, ਏਰੀਆ ਕਿਹੜਾ ਜੀ? ਤਲਵੰਡੀ ਸਾਬੋ,
ਤੇ ਭਾਗੀ ਬਾਂਦਰ ਤੁਹਾਡਾ ਪਿੰਡ ਹੈ ਜੀ ਤੇ ਨੰਬਰ ਕੀ ਹੈ ਜੀ ਮੇਰਾ ਜੀ ਹਾਂਜੀ ਮੇਰਾ 99680 98210 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਟਰੈਕਟਰ ਨੂੰ ਲਿਜਾ ਸਕਦੇ ਜੇ ਕਿਸੇ ਨੇ ਲੈਣਾ ਪ੍ਰਾਈਸ ਫਿਰ ਤੋਂ ਦੱਸ ਦਿੰਦੇ 1,25,000 ਰੁਪਇਆ ਡਿਮਾਂਡ ਹੈ 94 ਮਾਡਲ ਹੈ ਜੀ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਮਰੂਤੀ ਸਟੀਅਰਿੰਗ ਦੇ ਨਾਲ ਇਸ ਸਾਈਡ ਆਸ਼ਾ 50 ਨੰਬਰ ਹੈ ਜੀ ਤੇ 96 ਮਾਡਲ ਹੈ ਜੀ 1,22,000 ਰੁਪਇਆ ਡਿਮਾਂਡ ਹੈ 50 ਨੰਬਰ ਹੈ ਜੀ ਸਿੰਪਲ ਸਟੀਅਰਿੰਗ ਜੇ ਗੱਲ ਕੀਤੀ ਹੋਵੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਕਹਿ ਸਕਦੇ ਦੇਖ ਸਕਦੇ ਜੀ ਨਾਲ ਦਾ ਰੰਗ ਹੈ ਇਸ ਸਾਈਡ ਆਸ਼ਾ ਜੇ ਗੱਲ ਕੀਤੀ ਹੋਵੇ 95 ਮਾਡਲ ਹੈ ਤੇ 1,22,000 ਰੁਪਇਆ ਡਿਮਾਂਡ ਹੈ 50 ਨੰਬਰ ਹੈ ਸਿੰਪਲ ਸਟੀਅਰਿੰਗ ਹੈ ਤੁਹਾਡੇ ਸਾਹਮਣੇ ਦੇਖ ਸਕਦੇ ਕੰਡੀਸ਼ਨ ਤੁਸੀਂ ਨਾਲ ਦਾ ਰੰਗ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੀ ਤੇ ਇਸ ਸਾਈਡ ਇਹ ਹੈਗਾ ਸਵਰਾਜ 735 ਜੇ ਗੱਲ ਕੀਤੀ ਹੋਵੇ 50 ਨੰਬਰ ਹੈ ਤੇ 1 ਮਾਡਲ ਹੈ 50 ਨੰਬਰ ਆ ਗਿਆ 1 ਮਾਡਲ 2,05,000 ਰੁਪਇਆ ਡਿਮਾਂਡ ਹੈ ਦੇਖ ਸਕਦੇ ਕੰਡੀਸ਼ਨ ਤੁਸੀਂ ਸਿੰਪਲ ਸਟੀਅਰਿੰਗ ਹੈ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਸ ਸਾਈਡ ਸੋਨਾਲੀਕਾ ਇੰਟਰਨੈਸ਼ਨਲ ਡੀਸੀ 50 ਨੰਬਰ ਹੈ 2000 ਮਾਡਲ ਹੈ ਪਾਵਰ ਸਟੀਅਰਿੰਗ ਹੈ ਜੀ ਠੀਕ ਹੈ ਤੇ 2,27,000 ਰੁਪਇਆ ਡਿਮਾਂਡ ਹੈ ਦੇਖ ਸਕਦੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਪਾਵਰ ਸਟੀਅਰਿੰਗ ਕਰਿਆ ਹੋਇਆ ਬਾਈਆਂ ਨੇ ਦੇਖ ਸਕਦੇ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਪਾਵਰ ਸਟੀਅਰਿੰਗ ਡਬਲ ਐਕਟਿੰਗ 'ਤੇ ਕਰਿਆ ਹੋਇਆ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਦੇਖ ਸਕਦੇ ਜੀ ਕੰਡੀਸ਼ਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਜੀ ਲਾਈਕ ਕਰਿਆ ਜੀ ਅਤੇ ਦੇਖ ਸਕਦੇ ਸੋਨਾਲੀਕਾ ਪਾਵਰ ਸਟੀਅਰਿੰਗ ਕਰਿਆ ਹੋਇਆ 2,27,000 ਰੁਪਇਆ ਡਿਮਾਂਡ ਹੈ ਇਸ ਸਾਈਡ ਆਸ਼ਾ 241 ਜੇ ਗੱਲ ਕੀਤੀ ਜਾਵੇ 7 ਮਾਡਲ ਹੈ 1,75,000 ਰੁਪਇਆ ਡਿਮਾਂਡ ਹੈ ਅਤੇ 50 ਨੰਬਰ ਹੈ ਜੀ ਦੇਖ ਸਕਦੇ ਜੀ ਸਿੰਪਲ ਸਟੀਅਰਿੰਗ ਹੈ ਟਾਇਰ ਬਿਲਕੁਲ ਓਕੇ ਆ ਕੋਈ ਕਮੀ ਪੇਸ਼ੀ ਨਹੀਂ ਟਾਇਰਾਂ ਦੇ ਵਿੱਚ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਿਸੇ ਹੋਰ ਵੀਡੀਓ 'ਚ ਮਿਲਦੇ ਧੰਨਵਾਦ।